ਸ਼ਹਿਰੀਆ ਜੀ ਹੈ ਨਾਂ ਦਾ ਜੀ। ਹਾਂ ਜੀ ਇਹ ਜੀ ਇਹ ਮਨ ਜੀ ਜਿਹੜੀ ਦੋਵਾਂ ਥਾਣਾਂ ਵਾਲੀ ਹੈ ਇਹ ਤਾਂ ਮੈਂ ਆਪਣੀ ਜ਼ਿੰਦਗੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਦੋਸਤੋ ਉਮੀਦ ਕਰਦੇ ਹਾਂ ਜੀ ਸਾਰੇ ਭੈਣਾਂ ਭਰਾ ਖੈਰੀ ਨਾਲ ਦੋਸਤੋ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ ਆਪਣਾ ਹੈ ਰੱਖੋ ਆਪਣੀ ਮਾਂ ਨੂੰ ਹੈ ਰੱਖੋ ਜੀ ਤੁਹਾਨੂੰ ਦੇਖਣਾ ਜੀ ਪਠਵਾਰੀ ਵਲੋਗ ਜਿਹੜੇ ਸੰਗੀ ਦੋਸਤ ਸਾਡੇ ਚੈਨਲ ਪਹਿਲੀ ਵਾਰ ਆਇਆ ਹੋ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਨਾ ਅਤੇ ਨਾਲ ਹੀ ਨਾਲ ਬੈਲ ਆਈਕਨ ਪਰ ਕਲਿੱਕ ਕਰਕੇ ਨਾ ਅੱਜ ਇਸ ਟਾਈਮ ਮੌਜੂਦ ਹਾਂ ਜੀ ਬੇਵਲ ਦੀਵਾਨ ਫਾਰਮ ਹਾਊਸ 'ਚ ਜੀ ਮੋੜਾ ਹਫਿਆਲ ਹੈ ਮਾਸ਼ਾ ਅੱਲਾ ਜੀ ਇਹ ਆਖੀ ਸਕਦੇ ਹੋ ਕਿ ਪਠਵਾਰ ਨਾਲ ਅਤੇ ਹੋਰ ਪਠਵਾਰ ਨਾਲ ਸਭ ਤੋਂ ਬੜਾ ਇਹ ਡੇਰਾ ਜੀ ਜਿਸ ਨੇ ਕਾਈਆਂ ਛਾਈਆਂ ਤੁਹਾਨੂੰ ਦੇਖੀ ਸਕਦੇ ਹੋ ਜੀ ਮਾਸ਼ਾ ਅੱਲਾ ਹਰ ਨਸਲ ਦੀਆਂ ਸੋਹਣੀਆਂ ਅਤੇ ਖੂਬਸੂਰਤ ਕਾਈਆਂ ਛਾਈਆਂ ਜੀ ਜਿਸ ਪਾਸੇ ਦੇਖੋ ਇਸ ਪੂਨੇ ਪਾਸੇ ਵੀ ਜੀ ਅੱਛੀਆਂ ਨਸਲ ਦੀਆਂ ਗਾਈਆਂ ਛਾਈਆਂ ਹੋਰ ਦੇਸੀ ਦਾਂਦ ਚੰਦ ਜੀ ਜਿਹੜੇ ਕਾਫੀ ਮਸ਼ਹੂਰ ਨਹੋਰੇ ਵਾਲੇ ਦਾਂਦ ਇਹਨਾਂ ਕੋਲ ਜੀ ਅੱਜ ਸਾਰਾ ਕੁਝ ਦੱਸਦੇ ਹਾਂ ਇਹਨਾਂ ਨਾਲ ਸੈਟਅਪ ਜੀ ਝੋਣਾ ਕਾਜੂ ਲਿਆ ਅਤੇ ਨਾਲ ਨਾਲ ਤੁਹਾਨੂੰ ਦੱਸਦੇ ਹਾਂ ਜੀ ਇਹ ਸਾਰੇ ਹੀਰੇ ਨੇ ਬੱਚੇ ਹਾਂ ਘਿੜ ਜਾ ਦੌੜਨੇ ਤੱਕ ਪਾਰ ਚਾਰ ਚਾਰ ਇਹ ਜੀ ਸਾਰੇ ਹੀਰੇ ਨੇ ਬੱਚੇ ਜੀ ਆਇਆ ਹੀਰੇ ਵਾ ਇਹ ਜੀ ਦਾਂਦ ਤੁਹਾਨੂੰ ਚੈੱਕ ਕਰਾਉਣੇ ਆ ਜੀ ਇਹ ਸਾਰੇ ਹੀਰੇ ਨੇ ਬੱਚੇ ਜੀ ਦਾਂਦਿਆਂ ਨੇ ਇਹ ਜੀ ਇਸ ਸਾਹਮਣੇ ਲੈਣ ਬਾਹਰ ਜੀ ਸਾਰੇ ਪੱਤੇ ਇਹ ਲੈਣ ਬਾਹਰ ਹੈ ਦਾਂਦ ਬਦਾ ਨਵਾਬੇ ਪਾਕਿਸਤਾਨ ਜੀ ਦੀਵਾਨ ਫਾਰਮ ਹਾਊਸ ਉਹਨਾਂ ਕੋਲ ਜੀ ਮਾਸ਼ਾਅੱਲਾ ਜੀ ਕਾਫੀ ਸੋਹਣਾ ਅਤੇ ਖੂਬਸੂਰਤ ਦਾਂਦ ਹੈ ਜੀ ਫਿਰਨਾ ਪਿਆ ਜੀ ਦਾਂਦ ਦੇ ਨਾਲ ਨਾਲ ਸਾਡੇ ਮਸੇਰ ਪਾਈਪਕਾਰ ਲੇਅਰ ਆ ਜੀ ਐਫਆਈਆਰ ਐਫਆਈਆਰ ਇਹਨਾਂ ਥੈਨ ਜੀ ਦੇ ਨਾਲ ਨਾਲ ਦੱਸਣੇ ਹਾਂ ਸਟਾਰ ਜੀ ਉਹ ਆ ਜੀ ਵਾ ਹਾਂਗਕਾਂਗ ਸਟਾਰ ਜੀ ਇਸ ਦਾਂਦ ਦਾ ਨਾਂ ਜੀ ਵਾਹ ਇਸ ਨਾਲ ਸੁਣਿਓ ਸ਼ਹਿਰੀ ਸ਼ਹਿਰੀਆ ਜੀ ਇਸ ਦਾਂਦ ਦਾ ਜੀ ਇਸ ਦਾਂਦ ਦਾ ਨਾਂ ਚੰਪੀਅਨ ਪਾਂਡੀਆ ਜੀ ਦਾਂਦ ਜੀ ਮਾਸ਼ਾ ਅੱਲਾ ਜੀ ਇਸ ਦਾਂਦਰ ਕਾ ਨਾਂ ਸੁਣਿਓ ਹੈਂ ਇਸਮੇਲੀਆ ਦਾਂਦ ਜੀ ਇਸ ਸਾਹਮਣੇ ਜੀ ਵਾਹ ਜੀ ਵਾਹ ਮਾਸ਼ਾ ਅੱਲਾ ਜੀ ਜੀ ਸਾਰੇ ਘਰ ਨੇ ਠੀਕ ਇਹ ਜਿਹੜੇ ਸਾਰੇ ਇਹ ਕੁਰਬਾਨੀ ਵਾਲੇ ਸਾਰੇ ਇਹ ਸਾਰੇ ਕੁਰਬਾਨੀ ਵਾਲੇ ਦਾਂਦ ਜੀ ਇਹ ਸਾਹਮਣੇ ਅੱਛਾ ਠੀਕ ਨਹੀਂ ਮਾਸ਼ਾ ਅੱਲਾ ਜੀ ਇਹ ਖੀਰਮੇ ਦਾਂਦ ਜੀ ਇਸ ਦਾਂਦ ਦੀ ਖਾਲੀ ਖਾਲੀ ਠੀਕ ਲੈਣ ਵਾਰ ਪਤੇ ਜੀ ਦਾਂਦ ਸਾਰੇ ਇਹ ਸਾਰੇ ਮਤਲਬ ਕੁਰਬਾਨੀ ਵਾਲੇ ਆ ਜੀ ਠੀਕ ਇਹਨਾਂ ਵਿੱਚ ਵੀ ਦੋਨੇ ਲੱਗੇ ਸਨ ਆ ਤਾਂ ਦੋਹੇ ਮਾਸ਼ਾਅੱਲਾ ਬਿਨ ਅੱਛਾ ਇਹਨਾਂ ਜੀ ਵੀ ਨਿਕਲੀ ਇਸ ਨੇ ਕੋਈ ਇਹਨਾਂ ਵਿੱਚ ਵੀ ਦੋਨੇ ਕਿਹੜਾ ਮੱਥੇ ਲਿਖਿਆ ਹਾਂ ਇਹ ਗੱਲ ਹੀ ਇਹ ਗੱਲ ਚਿੱਟਾ ਰੰਗ ਕਾਲਾ ਕਾਨੇ ਕੋਈ ਬਣਿਆ ਹੈ ਠੀਕ ਮਾਸ਼ਾਅੱਲਾ ਜੀ ਆ ਬਛੂੜੇ ਇਹਨਾਂ ਪਰ ਟਰਾਈ ਕਰਨਾ ਅੱਛਾ ਇਹਨਾਂ ਟਰਾਈ ਕਰ ਸੋ ਦਾਣਾ ਅੱਛੇ ਨੇ ਬੱਚੇ ਠੀਕ ਠੀਕ ਹਲਾ ਇਹ ਜਿਹੜੇ ਬਛੂੜੇ ਸਾਰੇ ਇਹ ਨੌਨ ਮਿਲੇ ਨੇ ਜੀ ਇਹ ਕਿਹੜੇ ਕਿਹੜੇ ਦਾਣਾ ਨੇ ਇਹ ਆ ਜੀ ਸ਼ਹਿਰੀਆਂ ਨੇ ਇਸ ਸਾਹਮਣੇ ਸ਼ਹਿਰੀਆਂ ਨੇ ਇੱਕ ਮੁੱਝ ਜਾਣੇ ਦੋ ਉਸਨੂੰ ਬੜਾ ਅੱਛਾ ਦਾਣਾ ਅੱਛਾ ਮੁੱਝ ਜਾਣੇ ਦੋ ਹੈ ਜੀ ਠੀਕ ਉਸਨੇ ਬੱਚੇ ਮੁੰਡੇ ਜਾਣੇ ਦੋ ਠੀਕ ਫਿਰ ਸ਼ਹਿਰੀ ਕਬੂਤਰ ਸ਼ੂਤਰ ਜੀ ਹੁਣ ਨਾਲ ਨਾਲ ਹੋਰ ਚੁੱਲੇ ਹਾਂ ਜੀ ਹੋਰ ਨਾਲ ਨਾਲ ਤੁਸੀਂ ਦੱਸਣੇ ਹਾਂ ਜੀ ਅੱਗੇ ਹੁਣ ਗਾਈਆਂ ਛਾਈਆਂ ਹੋਰ ਸਾਰਾ ਜਿਹੜਾ ਸੈਟਅਪ ਇਹਨਾਂ ਨਾਲ ਜੀ ਹੈ ਜੀ ਅਤੇ ਸਾਰਾ ਹੁਣ ਮਾਲ ਡੰਗਰ ਅੰਦਰ ਬੰਨੇ ਤੈਨੂੰ ਬਾਹਣੇ ਪੀਣਾ ਕਿ ਫਿਲਹਾਲ ਬਾਹਰ ਪਤਾ ਜੀ ਸਾਰੀਆਂ ਹੈ ਜੀ ਮਾਸ਼ਾਅੱਲਾ ਜੀ ਕਾਫੀ ਸੋਹਣਾ ਅਤੇ ਖੂਬਸੂਰਤ ਸੈਟਅਪ ਬਣਾਇਆ ਨੇ ਜੀ ਮਾਸ਼ਾਅੱਲਾ ਇਹ ਬਾਹਰ ਸਾਰੇ ਮਾਲ ਡੰਗਰ ਪੱਧੇ ਨੇ ਇਹਨਾਂ ਜੀ ਮਾਸ਼ਾਅੱਲਾ ਜੀ ਇਹ ਗਾਈਆਂ ਦੁੱਧ ਸ਼ੁਦਲੀਆਂ ਰੱਖੀਆਂ ਨੇ ਪਰ ਉਹ ਬਿਹੜੇ ਛੜੇ ਪਏ ਨੇ ਜੀ ਇਹ ਜੀ ਮਾਸ਼ਾਅੱਲਾ ਇਹ ਬੱਚੇ ਬੱਚੇ ਇਹ ਜੀ ਕੁਰਬਾਨੀ ਛਾਨੇ ਵਾਲੇ ਬੱਚੇ ਪੱਤੇ ਨੇ ਜੀ ਜਿਹੜੇ ਇਹਨਾਂ ਗਾਈਆਂ ਛਾਈਆਂ ਨੇ ਜੀ ਮਾਸ਼ਾਅੱਲਾ ਜੀ ਹੁਣ ਕਹਿ ਜੁਲੇ ਹਾਂ ਹੋਰ ਉਸ ਪਾਸੇ ਤੁਸੀਂ ਦੱਸਣੇ ਆ ਜੀ ਕਿਤਨੀਆਂ ਗਾਈਆਂ ਛਾਈਆਂ ਵਧੀਆਂ ਇਹ ਤਾਂ ਮਾਸ਼ਾਅੱਲਾ ਜੀ ਇਹ ਜੀ ਮਾਸ਼ਾਅੱਲਾ
ਗਾਈਆਂ ਜੀ ਭਾਈ ਹੈ ਹਾਂਜੀ ਇਹ ਸਾਰੀ ਘਰਾਂ ਨਹੀਂ ਸਰ ਇਹ 7 ਸਾਲ ਨਹੀਂ ਮਤਲਬ ਸਾਰੀਆਂ ਘਰਾਂ ਨਹੀਂ ਇਹ ਸਾਰੀਆਂ ਘਰਾਂ ਨਹੀਂ ਬੱਚੀਆਂ ਬੱਚੇ ਸਭ ਜੀ ਇਹ ਦੇਖੀ ਸਕਣਾ ਤੁਸੀਂ ਕਿੰਨੇ ਜ਼ਿਆਦਾ ਕਿਹੜੀ ਪਰ ਕਿਹੜੀ ਉਸ ਪਰ ਹੀ ਇਸ ਪਰ ਹੀ ਜੀ ਜੋੜਾ ਦਿੱਤਾ ਜੀ ਇਸ ਵਾਰੀ ਇਸ ਮਾਸ਼ਾ ਅੱਲਾ ਇਹ ਜੀ ਮਾਸ਼ਾਅੱਲਾ ਕਾਫੀ ਦੁੱਧ ਵਾਲੀ ਗਾਈ ਜੀ ਮਾਸ਼ਾਅੱਲਾ ਹੋਰ ਵੀ ਸਾਰਾ ਮਾਲ ਲੱਗਣ ਮਾਸ਼ਾਅੱਲਾ ਕਾਫੀ ਅੱਛਾ ਰੱਖਿਆ ਨੇ ਜੀ ਇਹ ਜੀ ਹੁਣ ਤੋਂ ਤੁਸੀਂ ਦੱਸਣੇ ਹਾਂ ਜੀ ਉਸ ਪਰ ਅਗਲਾ ਉਹ ਵਧੀਆ ਇਹ ਵਧੀਆ ਜੀ ਇਸ ਪਾਸੇ ਸਾਹਮਣੇ ਜੀ ਇਸ ਪਾਸੇ ਤੱਕ ਸਕਣੇ ਹੋ ਇਹ ਜੀ ਇਸ ਦਾਂਦਾ ਨਹੀਂ ਸਾਰੀ ਨਸਲ ਹੀ ਇਸ ਦਾਂਦਾ ਨਹੀਂ ਨਸਲ ਹੀ ਜੀ ਸਾਰੀਆਂ ਜਿਤਨੇ ਬੱਚੀਆਂ ਬੱਚੇ ਹੋਰ ਵੀ ਕੋਈ ਇੱਕ ਦੋ ਬੜਾ ਸੀ ਨੇ ਇਹ ਜੀ ਇਹ ਸਾਹਮਣੇ ਬਰੀਡਰ ਆ ਜਿਹੜਾ ਇਹਨਾਂ ਕੋਲ ਮਾਸ਼ਾਅੱਲਾ ਜੀ ਹਾਂ ਇਹ ਦੇਸੀ ਦਾਂਦ ਦੌੜਨੇ ਵਾਲੀ ਜੀ ਨਸਲ ਹੈ ਜੀ ਇਹ ਗਾਈਆਂ ਛੇ ਪਤੀਆਂ ਜੀ ਦੌੜਨੇ ਵਾਲੇ ਮਾਲ ਡਿੱਗ ਰਹੇ ਨੇ ਇਹ ਜੀ ਇੱਕ ਇਹ ਗਾਂ ਇੱਕ ਇਹ ਜੀ ਇੱਕ ਦੋ ਹੋਈਆਂ ਹੋਰ ਉੱਪਰ ਅੰਦਰ ਚੁੱਲ੍ਹੇ ਜੀ ਉਹਦੇ ਉੱਥੋਂ ਅਸੀਂ ਦੱਸਣੇ ਹਾਂ ਜੀ ਉੱਧਰ ਮਾਲ ਡੰਗਰ ਦੇਸੀ ਵਧਾ ਜੀ ਦੇਸੀ ਮਾ ਗਾਈਆਂ ਛੇ ਪਤੀਆਂ ਇੱਥੇ ਅੰਦਰ ਜੀ ਬੱਚੀਆਂ ਬੱਚੇ ਮਿਕਸ ਜੀ ਸਾਰੇ ਇਸ ਜਗ੍ਹਾ ਜੀ ਸਾਹਮਣੇ ਜੀ ਹੈ ਜੀ ਪਾਣੀ ਪੀਣ ਦੀ ਟੈਂਕੀ ਲੱਗੀ ਜਿਹੜੇ ਦੂਏ ਸਾਡਾ ਪਈ ਚੁੱਲ੍ਹੇ ਹਾਂ ਜੀ ਇੱਧਰ ਹੁਣ ਤੁਸੀਂ ਦੱਸਣੇ ਆ ਮਾਲ ਡੰਗਰ ਜਿਹੜੇ ਵਧੇ ਜੀ ਇਹ ਸਾਹਮਣੇ ਜੀ ਹੈ ਜੀ ਦੋ ਥਣਾ ਵਾਲੀ ਮੰਝ ਇਹ ਤਾਂ ਮੈਂ ਪਹਿਲੀ ਵਾਰ ਦੇਖੀ ਜੀ ਦੱਸਾਂਗੇ ਦੱਸਣੇ ਆ ਹੈ ਜੀ ਇਹਨਾਂ ਜਿਹੜੀ ਸਭ ਤੋਂ ਮਸ਼ਹੂਰ ਚੀਜ਼ ਰੱਖੀ ਜੀ ਦੋਵਾਂ ਥਣਾਂ ਵਾਲੀ ਮੰਝ ਹੈ ਜੀ ਜੈਨੂਅਨ ਦੋ ਥਾਣੇ ਜੀ ਇਸ ਗਾਈ ਮੰਜੀ ਨੇ ਅੱਛਾ ਇਹ ਜੀ ਦੋਵਾਂ ਥਾਣਾਂ ਦੀ ਮੰਜੀ ਮਾਸ਼ਾਅੱਲਾ ਜੀ ਦੋ ਦੋ ਤਾਰਾਂ ਨਿਕਲੀਆਂ ਜੀ ਇੱਕ ਥਾਣੇ ਚੋਂ ਪਰ ਦੋਵਾਂ ਥਾਣਾਂ ਦੀ ਮੰਜ ਅੱਗੇ ਹੋਰ ਨਾਲ ਤੁਸੀਂ ਦੱਸਣੀ ਆ ਜੀ ਇਸ ਪਾਸੇ ਜੀ ਘੋੜਿਆਂ ਨਾਲ ਡੇਰਾ ਬਣਾਇਆ ਨੇ ਜੀ ਜਿੱਥੇ ਘੋੜੇ ਛੋੜੇ ਹੋਣੇ ਇਸ ਸਾਹਮਣੇ ਜੀ ਅੰਦਰ ਚੁੱਲ੍ਹੇ ਹਾਂ ਤੁਸੀਂ ਦੱਸਣੇ ਆ ਜੀ ਘੋੜੇ ਛੋੜੇ ਇਹ ਜੀ ਘੋੜੀ ਘੋੜਾ ਮਰੀ ਗਿਆ ਸੀ ਨਾਲ ਇਹਨਾਂ ਦੋਨੋਂ ਸਿਰਫ ਇਕੱਲੀ ਘੋੜੀ ਹੈ ਜੀ ਇਸ ਸਾਹਮਣੇ ਅੱਗੇ ਹੋਰ ਚੁੱਲ੍ਹਿਆਂ ਤੋਰ ਤੁਸੀਂ ਦੱਸਣੇ ਆ ਜੀ ਇਹ ਜੀ ਹੁਣ ਸੰਗੀਆਂ ਦੋਸਤਾਂ ਦੇ ਬਹਿਣੇ 3 ਚਾਹ ਬਣਾਈ ਅੰਦਰ ਜੁੱਲੇ ਹਾਂ ਜੀ ਇੱਧਰ ਦੱਸਣੇ ਆ ਤੁਹਾਨੂੰ ਨਾਲ ਨਾਲ ਜੀ ਹੈ ਜੀ ਨਾਲ ਡਿਸਪੈਂਸਰੀ ਇਹ ਨਾਲ ਡਿਸਪੈਂਸਰੀ ਹੈ ਜੀ ਅੱਛਾ ਮਤਲਬ ਹਰ ਦਵਾਈ ਸ਼ਾਈ ਤਾਂ ਪਈ ਜੀ ਜਿਹੜੇ ਮਾਲ ਡੰਗਰ ਹੈ ਨਾ ਠੀਕ ਹੈ ਜੀ ਸਾਰੀ ਵਾਹ ਜੀ ਵਾਹ ਮਾਸ਼ਾਅੱਲਾ ਜੀ ਇਹ ਜੀ ਵੈਕਸੀਨੇਸ਼ਨ ਸਾਰਾ ਕੁਝ ਲਿਖਿਆ ਹੋਇਆ ਜੀ ਅੱਛਾ ਹਰ ਹਫ਼ਤੇ ਠੀਕ ਵਾਹ ਜੀ ਵਾਹ ਠੀਕ ਹੋਈ ਅੱਜ ਭਾਈ ਮੇਰੀ ਇਹ ਜੀ ਇੱਥੇ ਬਹਿਣੇ ਨੇ ਜਗ੍ਹਾ ਬਣਾਈ ਨੇ ਜੀ ਇਹ ਸਾਹਮਣੇ ਜੀ ਇਹ ਜੀ ਇਸ ਸਾਹਮਣੇ ਬੱਕਰੀ ਛਕਰੀਆਂ ਨਾਲ ਸੈਟਅਪ ਬਣਾਇਆ ਇਹਨੇ ਜੀ ਲੈ ਲੇ ਛਲੇ ਇਹ ਸਾਹਮਣੇ ਜੀ ਲੈ ਲੇ ਬੱਕਰੀਆਂ ਥੋੜ੍ਹੀਆਂ ਬਹੁਤੀਆਂ ਬੱਕਰੀਆਂ ਛਕਰੀਆਂ ਰੱਖੀਆਂ ਨੇ ਜੀ ਇਸ ਪਾਸੇ ਸ਼ੌਂਕ ਦੇ ਮੁਤਾਬਕ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ ਕਾਫੀ ਸੋਹਣਾ ਅਤੇ ਖੂਬਸੂਰਤ ਫਾਰਮ ਹਾਊਸ ਹੈ ਜੀ ਕਪਟਨ ਇਜਾਜ਼ ਅਰਨਾ ਜੀ ਮਾਸ਼ਾਅੱਲਾ ਅਤੇ ਹਰ ਚੀਜ਼ ਮਾਸ਼ਾਅੱਲਾ ਰੱਖੀ ਨੇ ਜੀ ਕਾਫੀ ਸੋਹਣੀ ਅਤੇ ਖੂਬਸੂਰਤ ਜੀ ਤਾਂ ਉਮੀਦ ਕਰਦਾ ਸਾਡੀ ਜਲਦੀ ਵੀਡੀਓ ਤੋਂ ਚੰਗੀ ਲੱਗ ਸੀ ਅਗਰ ਚੰਗੀ ਲੱਗੀ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਅਤੇ ਨਾਲ ਹੀ ਨਾਲ ਬੈਲ ਆਈਕਨ ਪਰ ਕਲਿੱਕ ਕਰਕੇ ਇਨਸ਼ਾਅੱਲਾ ਬਹੁਤ ਜਲਦੀ ਇੱਕ ਨਵੀਂ ਵੀਡੀਓ ਨਾਲ ਆਦਰ ਹੋ ਸਾਂ ਯਾਰ ਜ਼ਿੰਦਾ ਅਤੇ ਸੋਬਤ ਬਾਕੀ ਅਸਲਾਮ ਵਾਲੇਕੁਮ ਰਹਿਮਤੁਲਾਹੀ ਵਬਰਕਾਤ